ओलंपिक से विच भारतीय क्रिकेट टीम लगातार शानदार प्रदर्शन कर रही है। टीम ने अपने पूल बी दे 5 चों 3 मैच जीते ने, जबकि एक मैच ड्रॉ रहा है, जबकि एक मैच दे विच उन्हां नूं हार दा सामना भी करना पिया है। टीम ने अपने पूल बी दे आखिरी मुकाबले दे विच आस्ट्रेलिया नूं हरा के क्वार्टर फाइनल दे विच प्रवेश किया है। दस दें कि भारतीय टीम ओलंपिक दे विच 52 सालों बाद आस्ट्रेलिया नूं हराउण दे विच कामयाब रही है। इस तों पहला 1972 दे विच भारतीय टीम आस्ट्रेलिया नूं हरा पाई सी। भारतीय टीम दी इस शानदार खेड तों बाद पंजाब दे सीएम भगवंत मान ने भारतीय हाकी टीम दे कप्तान नाल गलबात कीती है। भारतीय टीम दी इस शानदार उपलब्धि ते पंजाब दे सीएम भगवंत मान ने भारतीय हाकी टीम दे कप्तान हरमनप्रीत सिंह नाल फोन ते गलबात कीती है। उन्होंने क्वार्टर फाइनल च पुजन लई टीम नूं वधाई दित्ती। इस दे नाल ही आने वाले क्वार्टर फाइनल मुकाबले लई टीम नूं शुभकामनावां भी दित्तियां। ਉਹਨਾਂ ਕਿਹਾ ਕਿ ਟੀਮ ਦਾ ਹੁਣ ਤੱਕ ਦਾ ਸਫ਼ਰ ਕਾਫ਼ੀ ਸ਼ਾਨਦਾਰ ਹੈ। ਇਸ ਦੇ ਨਾਲ ਹੀ ਸੀਐਮ ਮਾਨ ਨੇ ਟੀਮ ਦੀ ਖੇਡ ਤੇ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਉਹ ਭਾਰਤੀ ਟੀਮ ਦਾ ਹਰ ਮੁਕਾਬਲਾ ਦੇਖਦੇ ਹਨ। ਉਹਨਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਭਾਰਤ ਬਨਾਮ ਆਸਟ੍ਰੇਲੀਆ ਮੈਚ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਭਾਰਤੀ ਟੀਮ ਖਿਲਾਫ਼ ਆਸਟ੍ਰੇਲੀਆ ਖਿਡਾਰੀ ਸੈਂਟਰ ਤੋਂ ਅਟੈਕ ਕਰ ਰਹੇ ਸਨ, ਜਦਕਿ ਸਾਈਡ ਡਿਫੈਂਡਰ ਮਜ਼ਬੂਤ ਸੀ। ਉਹਨਾਂ ਕਿਹਾ ਕਿ ਮੈਂ ਤੁਹਾਡਾ ਹਰ ਮੁਕਾਬਲਾ ਦੇਖਦਾ ਹਾਂ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਟੀਮ ਦਾ ਅਗਲਾ ਮੁਕਾਬਲਾ ਦੇਖਣ ਦੇ ਲਈ ਪੈਰਿਸ ਆਉਣਾ ਚਾਹੁੰਦੇ ਸਨ, ਪਰ ਉਹਨਾਂ ਨੂੰ ਪਾਰਲੀਮੈਂਟ ਕਲੀਅਰੈਂਸ ਨਹੀਂ ਮਿਲੀ, ਜਿਸ ਕਾਰਨ ਉਹ ਨਹੀਂ ਆ ਸਕਦੇ। ਸੀਐਮ ਮਾਨ ਨੇ ਕਿਹਾ ਕਿ ਉਹਨਾਂ ਨੂੰ ਕੇਂਦਰ ਨੇ ਪੈਰਿਸ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਉਹ ਹੁਣ ਉਹਨਾਂ ਦਾ ਕੁਆਟਰ ਫਾਈਨਲ ਮੁਕਾਬਲਾ ਦੇਖਣਾ ਚਾਹੁੰਦੇ ਸਨ ਪਰ ਇਜਾਜ਼ਤ ਨਹੀਂ ਦਿੱਤੀ, ਪਰ ਉਹ ਹਰ ਪਲ ਉਹਨਾਂ ਦੇ ਨਾਲ ਹਨ ਅਤੇ ਹਰ ਸਕਿੰਟ ਖੇਡ ਦੇਖ ਰਹੇ ਨੇ। ਦੱਸ ਦਈਏ ਕਿ ਭਗਵੰਤ ਮਾਨ ਪੈਰਿਸ ਚ ਹੋਣ ਵਾਲੇ ਹਾਕੀ ਦੇ ਕੁਆਟਰ ਫਾਈਨਲ ਮੈਚ ਦੇ ਲਈ ਪੈਰਿਸ ਜਾਣਾ ਚਾਹੁੰਦੇ ਸਨ, ਪਰ ਵਿਦੇਸ਼ ਮੰਤਰਾਲੇ ਦੇ ਵੱਲੋਂ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਚੇਬਰੀ ਟੀਵੀ।